Acha. MashaAllah. The longest 100 Quran. How many kilograms? 1 kilometer length. ਆ ਵੇਖੋ ਮਾਸ਼ਾਅੱਲਾ ਜੇ ਆ ਨਾ ਕੁਰਾਨੇ ਪਾਕ ਜੇ ਰੋ ਜਨਾਬ ਆ ਵੇਖੋ ਆ ਭਾਈ ਸਾਹਿਬ ਬੜੀ ਜੇ ਨਾ ਪੇਂਟਿੰਗ ਬਣਾ ਰਹੇ ਰਹੀਮ ਸਲੂ ਪੰਜਾਬੀ ਤਰਫੋਂ ਸਲੂ ਪੰਜਾਬੀ ਫੈਮਿਲੀ ਨੂੰ ਅਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਉਮੀਦ ਕਰਨਾ ਵਾ ਤੁਸੀਂ ਹੈਰੋ ਆਫੀ ਦੇ ਨਾਲ ਹੋਵੋਗੇ ਇਹ ਵੇਖੋ ਮੇਰੇ ਤੁਸੀਂ ਪਿੱਛੇ ਵੇਖ ਸਕਦੇ ਹੋ ਵਰਲਡ ਆਰਟ ਦੁਬਈ ਜਿਹੜਾ ਨਾ ਇੱਥੇ ਐਗਜੀਬਿਸ਼ਨ ਨੁਮਾਇਸ਼ ਲੱਗੀ ਹੈ ਪੇਂਟਿੰਗਾਂ ਵਗੈਰਾ ਨਹੀਂ ਹੁੰਦੀਆਂ ਉਹਦੀ ਠੀਕ ਹੈ ਅਤੇ ਇੱਥੇ ਜਨਾਬ 50 ਮੁਲਕਾਂ ਦੇ ਜਿਹੜੇ ਨਾ ਪੇਂਟਰ ਆਏ ਨੇ ਜਿਹੜੇ ਹੱਥਾਂ ਦੇ ਨਾਲ ਪੇਂਟਿੰਗ ਵਗੈਰਾ ਕਰਦੇ ਨੇ ਨਾ ਉਹ ਆਏ ਨੇ ਅਤੇ ਉਹਦੀ ਇੱਥੇ ਨੁਮਾਇਸ਼ ਲੱਗੀ ਹੈ ਅਤੇ 4000 ਬੰਦਾ 4000 ਬੰਦੇ ਦੀਆਂ ਨਾ ਆਰਟਿਸਟ ਜਾਂ ਜਿਹੜੇ ਆਰਟਿਸਟ ਹੁੰਦੇ ਨੇ ਨਾ ਜਿਹੜੇ ਪੇਂਟਿੰਗ ਵਗੈਰਾ ਬਣਾਉਂਦੇ ਨੇ ਉਹ 4000 ਬੰਦੇ ਦੀਆਂ ਜਿਹੜੀਆਂ ਨਾ ਇੱਥੇ ਪੇਂਟਿੰਗਾਂ ਵਗੈਰਾ ਲੱਗੀਆਂ ਨੇ ਅਤੇ ਮੈਂ ਅੱਜ ਤੋਂ ਹਫ਼ਤਾ ਪਹਿਲੇ ਵੇਖਿਆ ਸੀ ਵੈਬਸਾਈਟ ਦੇ ਉੱਤੇ ਜਿਹਾ ਨਾ ਸ਼ੋਅ ਹੋ ਰਿਹਾ ਸੀ ਅਤੇ ਮੈਂ ਚਲੋ ਜਨਾਬ ਅਸੀਂ ਵੀ ਟਿਕਟ ਬੁੱਕ ਕਰ ਲਈਏ ਅਤੇ ਉਦੋਂ ਮੈਂ ਟਿਕਟ ਬੁੱਕ ਕਰ ਲਈ ਸੀ ਟਾਈਮ ਸਿਰ ਹੀ ਅਤੇ ਅੱਜ ਜਨਾਬ ਇੱਥੇ 16 ਤੋਂ ਲੈ ਕੇ 19 ਤਰੀਕ ਤੱਕ ਅਤੇ ਅੱਜ 18ਵੇਂ ਅਤੇ ਅੱਜ ਮੈਂ ਜਨਾਬ ਟਾਈਮ ਵੀ ਮੇਰੇ ਕੋਲ ਆਇਆ ਹੀ ਸੀ ਅਤੇ ਮੈਂ ਕਿਹਾ ਚਲੋ ਜਿਹਾ ਨਾ ਆਪਣੀ ਸਲੂ ਪੰਜਾਬੀ ਫੈਮਿਲੀ ਨੂੰ ਜਿਹਾ ਨਾ ਵਰਲਡ ਆਰਟ ਦੁਬਈ ਦਾ ਜਿਹਾ ਨਾ ਪੂਰਾ ਅੰਦਰੋਂ ਜਿਹਾ ਨਾ ਨਜ਼ਾਰਾ ਕਰਾਉਂਦੇ ਹਾਂ ਅਤੇ ਆਓ ਇਹ ਮੈਂ ਹੁਣ ਬਿਲਕੁਲ ਖਲੋਤਾ ਵਾਂ ਐਂਟਰੀ ਦੇ ਅੱਗੇ ਠੀਕ ਹੈ ਇਹ ਮੋਬਾਈਲ ਦੇ ਵਿੱਚ ਮੇਰੇ ਕੋਲ ਜਿਹਾ ਨਾ ਟਿਕਟ ਹੈ ਆਵੇ ਇਹ ਵੇਖੋ ਟਿਕਟ ਹੈ ਆਵੇ ਠੀਕ ਹੈ ਇੱਥੇ ਹੁਣ ਜਿਹਾ ਨਾ ਮੈਂ ਐਂਟਰੀ ਕਰਾਉਂਦਾ ਵਾਂ ਅਤੇ ਤੁਹਾਨੂੰ ਅੱਗੂ ਜਿਹਾ ਨਾ ਜਾ ਕੇ ਨਾ ਪੂਰੀ ਤਫਸੀਲ ਦੇ ਨਾਲ ਵਿਖਾਉਂਦਾ ਵਾਂ ਆਈਓ ਅੱਲਾ ਦਾ ਨਾਂ ਲੈ ਕੇ ਸ਼ੁਰੂ ਕਰੋ ਤੁਹਾਨੂੰ ਵਿਖਾਉਂਦਾ ਥੋੜ੍ਹੀ ਹਰੀ ਐਂਟਰੈਂਸ ਦੀ ਜਿਹੜੀ ਹੈ ਨਾ ਉਹਦੀ ਵੀ ਥੋੜ੍ਹੀ ਹਰੀ ਵੀਡੀਓ ਬਣਾਉਂਦੇ ਹਾਂ ਠੀਕ ਹੈ ਆਈਓ ਅੱਲਾ ਦਾ ਨਾਂ ਲੈ ਕੇ ਸ਼ੁਰੂ ਕਰੋ ਹਾਂਜੀ ਜਨਾਬ ਇਹ ਵੇਖੋ ਹੁਣ ਜਿਹਾ ਨਾ ਇਹ ਵੇਖੋ ਔਨਲਾਈਨ ਟਿਕਟਿੰਗ ਲਿਖਿਆ ਹੈ ਟਿਕਟਸ 'ਤੇ ਇੱਥੇ ਜਾ ਕੇ ਮੈਂ ਜਿਹਾ ਨਾ ਵਿਖਾਉਂਦਾ ਵਾਂ ਐਂਟਰੈਂਸ ਅਤੇ ਇਹ ਵੇਖੋ ਇਹ ਐਂਟਰੈਂਸ ਅਤੇ ਇੱਥੇ ਮੈਂ ਜਾ ਕੇ ਲਓ ਜਨਾਬ ਇਹ ਵੇਖੋ ਮੈਂ ਜਿਹਾ ਨਾ ਆਲਰੇਡੀ ਬੈਂਡ ਲਾ ਛੜਿਆ ਹੈ ਅਤੇ ਇਹ ਮੇਰੇ ਜਿਹੇ ਨਾ ਸਾਕਿਬ ਭਾਈ ਨੇ ਠੀਕ ਹੈ ਮੈਂ ਵੇਖਣ ਦੇ ਮੈਨੂੰ ਵੇਖਦੇ ਹਨ ਅਤੇ ਕਿ ਮੈਂ ਵੀਡੀਓ ਬਣਾ ਰਿਹਾ ਵਾਂ ਅਤੇ ਕਹਿੰਦੇ ਨੇ ਮੈਂ ਵੀ ਵੀਡੀਓ 'ਚ ਆਉਣਾ ਜੀ ਭਾਈ ਜਨ ਦੱਸੋ ਹੋਰ ਅਸਲਾਮ ਅਲੈਕੁਮ ਸਲੂ ਪੰਜਾਬੀ ਫੈਮਿਲੀ ਅਸਲਾਮ ਅਲੈਕੁਮ ਸਲੂ ਪੰਜਾਬੀ ਫੈਮਿਲੀ ਦੇਖੇ ਇਹ ਭਾਈ ਬਹੁਤ ਅੱਛੇ ਹੈ ਮੁਝੇ ਇਧਰ ਹਾਲ ਮੇ ਮਿਲੇ ਹੈ ਠੀਕ ਹੈ ਐਗਜ਼ੀਬਿਸ਼ਨ ਹਾਲ ਮੇ ਤੋ ਆਪਕੀ ਮਿਹਰਬਾਨੀ ਹੋਗੀ ਇਨਕੋ ਲਾਈਕ ਕਰੇ ਇਨਕੇ ਚੈਨਲ ਕੋ ਫਾਲੋ ਕਰੇ ਬਹੁਤ ਅੱਛਾ ਹੈ ਮੁਝੇ ਇਨਸੇ ਮਿਲ ਕਰ ਬਹੁਤ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਓਕੇ ਜੀ ਭਾਈ ਸਾਕਬ ਭਾਈ ਹੈ ਡੇਰਾ ਗਾਜ਼ੀ ਖਾਨ ਸੇ ਬੜੀ ਮਿਹਰਬਾਨੀ ਸਾਕਬ ਭਾਈ ਠੀਕ ਹੈ ਖੁਸ਼ ਰਹੋ ਜੀ ਜਨਾਬ ਓਕੇ ਜੀ ਲਓ ਜੀ ਇਹ ਸਾਡੇ ਸਾਕਬ ਭਾਈ ਜਨਾਬ ਅਤੇ ਇਹਨਾਂ ਨੇ ਮੈਨੂੰ ਵੇਖਿਆ ਕਿ ਮੈਂ ਵੀਡੀਓ ਬਣਾ ਰਿਹਾ ਵਾਂ ਅਤੇ ਮੈਨੂੰ ਕਹਿੰਦੇ ਨੇ ਯਾਰ ਮੈਂ ਵੀ ਵੀਡੀਓ 'ਚ ਆਉਣਾ ਅਤੇ ਮੈਂ ਚਲੋ ਬਿਸਮਿਲਾ ਮੇਰਾ ਭਰਾ ਆਏ ਅਤੇ ਉਹਨੂੰ ਲਿਆਂਦਾ ਅਤੇ ਹੁਣ ਜਨਾਬ ਮੈਂ ਆਲਰੇਡੀ ਵੇਖੋ ਬੈਂਡ ਲਾਇਆ ਹੁਣ ਅੰਦਰ ਚੱਲਦੇ ਹਾਂ ਜਨਾਬ ਆਪਣੀ ਸਲੂ ਪੰਜਾਬੀ ਫੈਮਿਲੀ ਨੂੰ ਜਨਾਬ ਪੂਰਾ ਜਿਹਾ ਨਾ ਵਰਲਡ ਆਰਟ ਦੁਬਈ ਦਾ ਜਿਹਾ ਨਾ ਪੂਰਾ ਨਜ਼ਾਰਾ ਕਰਾਉਂਦੇ ਹਾਂ ਅੰਦਰੋਂ ਆਇਓ ਹਾਂਜੀ ਇਹ ਵੇਖੋ ਜਨਾਬ ਮੇਰੇ ਪਿੱਛੇ ਜਿਹੜਾ ਨਾ ਉਹ ਨਾ ਐਂਟਰੈਂਸ ਹੈ ਨਾ ਇਹ ਮੇਨ ਅਤੇ ਉੱਥੇ ਜਿਹਾ ਨਾ ਮੈਂ ਤੁਹਾਨੂੰ ਦੂਸਰੀ ਸਾਈਡ ਲਵਾਨਾ ਵਾਂ ਉਹਨਾਂ ਨੇ ਬਕਾਇਦਾ ਜਿਹੜਾ ਨਾ ਇਹ ਵੇਖੋ ਲਿਖਿਆ ਦਾ ਵਰਲਡ ਆਰਟ ਦੁਬਈ ਅਤੇ ਨਾਲ ਨਾਲ ਕੋਨਾ ਵਗੈਰਾ ਬਣਾਈਆਂ ਨੇ ਠੀਕ ਹੈ ਇਹ ਵੇਖੋ ਅਤੇ ਇਹ ਹੁਣ ਜਿਹਾ ਨਾ ਅੰਦਰ ਚੱਲੀਏ ਠੀਕ ਹੈ ਇਹ ਚੀਜ਼ ਹੋ ਗਈ ਅਤੇ ਇਹ ਵੇਖੋ ਇਹ ਮੇਨ ਐਂਟਰੈਂਸ 'ਚ ਇਹ ਜਿਹੜੀ ਨਾ ਮੇਨ ਐਂਟਰੈਂਸ ਹੈ ਠੀਕ ਹੈ ਇੱਥੋਂ ਜਿਹੜਾ ਅੰਦਰ ਜਾਣਾ ਇਹ ਵੇਖੋ ਸਾਹਮਣੇ ਵੀ ਲਿਖਿਆ ਵੀ ਐਂਟਰੀ ਹੈਲੋ ਲਓ ਜਨਾਬ ਇਹ ਜੇ ਸਾਹਮਣੇ ਲਓ ਜਨਾਬ ਮੈਂ ਆਲਰੇਡੀ ਜਿਹਾ ਨਾ ਅੰਦਰ ਆ ਗਿਆ ਵਾਂ ਵੈਲਕਮ ਟੂ ਵਰਲਡ ਆਰਟ ਦੁਬਈ ਠੀਕ ਹੈ ਹੁਣ ਮੈਂ ਆਪਣੀ ਸਲੂ ਪੰਜਾਬੀ ਫੈਮਿਲੀ ਨੂੰ ਜਿਹੜਾ ਮੈਂ ਜਨਾਬ ਅੰਦਰ ਲੈ ਕੇ ਜਾਂਦਾ ਵਾਂ ਬਕਾਇਦਾ ਤਫਸੀਲ ਲੈਂਦਿਆਂ ਨਾ ਤੁਹਾਨੂੰ ਮੈਂ ਵਿਜ਼ਿਟ ਕਰਾਉਣਾ ਵਾਂ ਆਇਓ ਹੁਣ ਮੈਂ ਕੈਮਰਾ ਜਿਹੜਾ ਦੂਸਰੀ ਸਾਈਡ ਵੱਲ ਕਰਨਾ ਵਾਂ ਲਓ ਜਨਾਬ ਇਹ ਵੇਖੋ ਜਨਾਬ ਇਹ ਪੂਰਾ ਹਾਲ ਹੈ ਠੀਕ ਹੈ ਸਾਰੇ ਪਾਸੇ ਜਿਹੜਾ ਇਹਨਾਂ ਨਾ ਪੇਂਟਿੰਗਾਂ ਹੀ ਪੇਂਟਿੰਗਾਂ ਹਰ ਪਾਸੇ ਤੁਸੀਂ ਜਿੱਥੇ ਵੀ ਨਜ਼ਰ ਪਾਓਗੇ ਉੱਥੇ ਲਈ ਪੇਂਟਿੰਗਾਂ ਨਜ਼ਰ ਆ ਰਹੀਆਂ ਨੇ ਠੀਕ ਹੈ ਆਇਓ ਜਿਹੜਾ ਨਾ ਹੁਣ ਤੁਹਾਨੂੰ ਬਹਾਨਾ ਵਾਂ ਬਕਾਇਦਾ ਇਹਨਾਂ ਨਾ ਹਰ ਮੁਲਕ ਦਾ ਨਹੀਂ ਸੋਰੀ ਹਰ ਜਿਹਾ ਆਰਟਿਸਟ ਦਾ ਜਿਹਾ ਨਾ ਲੈਦਾ ਕਾਊਂਟਰ ਬਣਾਏ ਨੇ ਠੀਕ ਹੈ ਚਲੋ ਆਓ ਜਿਹੜਾ ਤੁਹਾਨੂੰ ਮੈਂ ਬਹਾਨਾ ਵਾਂ ਆਇਓ ਜਨਾਬ ਇਹ ਮੈਂ ਪਿੱਛੇ ਜਿਹਾ ਖਲੋਤਾ ਵਾਂ ਨਾ ਇਹਨੂੰ ਕਹਿੰਦੇ ਨੇ ਗਲੋਬਲ ਗੇਟ ਠੀਕ ਹੈ ਗਲੋਬਲ ਗੇਟ ਕਿ ਦੁਨੀਆ ਦਾ ਜਿਹਾ ਗੇਟ ਹੈ ਪੂਰੀ ਜਿਹੜਾ ਪੂਰੀ ਬਰੀਕੀ ਦੇ ਨਾਲ ਜਿਹੜਾ ਨਾ ਪੇਂਟਿੰਗ ਕੀਤੀ ਗਈ ਹੈ ਪੂਰੇ ਵੇਖੋ ਦੇਖ ਸਕਦੇ ਹੋ ਪੂਰਾ ਜਿਹਾ ਨਾ ਗੇਟ ਇੱਕ ਹਿਸਾਬ ਦਾ ਜਿਹੜਾ ਨਾ ਪੇਂਟ ਕੀਤਾ ਗਿਆ ਹੈ ਠੀਕ ਹੈ ਅਤੇ ਇਹ ਸੀਨ ਇਹ ਗਲੋਬਲ ਗੇਟ ਹੋ ਗਿਆ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਹੋਰ ਜਿਹਾ ਨਾ ਕਾਊਂਟਰ ਵਗੈਰਾ ਵਿਖਾਉਂਦਾ ਵਾ ਠੀਕ ਹੈ ਇੱਕ ਹੋਰ ਚੀਜ਼ ਮੈਂ ਵੇਖੀ ਯਾਰ ਇੱਥੇ ਜਿਹਨਾਂ ਬੰਦਿਆਂ ਨੇ ਪੇਂਟਿੰਗਾਂ ਵਗੈਰਾ ਬਣਾਈਆਂ ਨੇ ਨਾ ਬਕਾਇਦਾ ਇੱਥੇ ਮੌਜੂਦ ਵੀ ਨੇ ਠੀਕ ਹੈ
ਇਹ ਵੇਖੋ ਤੁਹਾਨੂੰ ਮਹਾਨਾ ਸਾਹਮਣੇ ਇਹ ਵੇਖੋ ਹੁਣ ਮੈਂ ਪਹਿਲੇ ਕਾਊਂਟਰ ਤੇ ਆਇਆ ਵਾਂ ਠੀਕ ਹੈ ਚੈੱਕ ਕਰੋ ਪੇਂਟਿੰਗਾਂ ਚੈੱਕ ਕਰੋ ਠੀਕ ਹੈ ਉੱਤੇ ਬਕਾਇਦਾ ਜਿਹਾ ਨਾ ਉੱਤੇ ਉਹਨਾਂ ਦੇ ਨਾਂ ਵੀ ਲਿਖੇ ਨੇ ਜਿਹੜਾ ਪੇਂਟਰ ਹੈ ਨਾ ਉਹਦਾ ਉੱਤੇ ਬਕਾਇਦਾ ਨਾਂ ਲਿਖਿਆ ਵੇਖੋ ਰਸ਼ ਦਾ ਉਸ ਤੋਂ ਬਾਅਦ ਵੇਖੋ ਸਾਰੇ ਜਿੰਨੇ ਜਿਹੜੇ ਜਿਹੜੇ ਪੇਂਟਰ ਨੇ ਬਣਾਈ ਹੈ ਬਕਾਇਦਾ ਉਹਨਾਂ ਦਾ ਨਾਂ ਉੱਤੇ ਲਿਖਿਆ ਹੈ ਠੀਕ ਹੈ ਇਹ ਵੇਖੋ ਉਸ ਤੋਂ ਬਾਅਦ ਇਹ ਚੈੱਕ ਕਰੋ ਇਹ ਕਿਆ ਕਮਾਲ ਦੀ ਚੀਜ਼ ਹੈ ਅਨਿਲ ਕੁੰਬਲੇ ਇਹ ਸਾਹਮਣੇ ਇਹ ਜਿਹੜੀ ਪੇਂਟਿੰਗ ਹੈ ਨਾ ਇਹ ਉਹ ਭਾਈ ਸਾਹਿਬ ਹੈ ਜਿਹੜੇ ਦਾੜੀ ਵਾਲੇ ਖਲੋਤੇ ਨੇ ਨਾ ਇਹਨਾਂ ਨੇ ਬਣਾਈ ਜੇ ਠੀਕ ਹੈ ਅਤੇ ਕਿਆ ਕਮਾਲ ਦੀ ਜਿਹੜੀ ਨਾ ਅਨਿਲ ਨਾਂ ਆਇਆ ਤਾਂ ਅਨਿਲ ਕੁੰਬਲੇ ਠੀਕ ਹੈ ਵੇਖੋ ਕਿਆ ਕਮਾਲ ਦੀ ਇੱਕ ਜਿਹੜੀ ਹੈ ਨਾ ਉਸ ਤੋਂ ਬਾਅਦ ਇਹ ਵੇਖੋ ਇਹ ਦੂਸਰਾ ਜੇ ਠੀਕ ਹੈ ਇਹ ਦੂਸਰਾ ਕਾਊਂਟਰ ਹੈ ਠੀਕ ਹੈ ਇਹਦੇ ਵਿੱਚ ਵੇਖੋ ਬਕਾਇਦਾ ਜਿਹਾ ਨਾ ਵੇਖੋ ਬਿੱਲੀਆਂ ਵਗੈਰਾ ਦੀ ਜੇ ਇਹਨਾਂ ਪੇਂਟਿੰਗਾਂ ਬਣਾਈਆਂ ਨੇ ਇਹ ਚੈੱਕ ਕਰੋ ਬਕਾਇਦਾ ਜਿਹਾ ਨਾ ਪੇਂਟਿੰਗਾਂ ਬਣਾਈਆਂ ਨੇ ਠੀਕ ਹੈ ਉਸ ਤੋਂ ਬਾਅਦ ਜਿਹੜਾ ਨਾ ਇਹ ਵੇਖੋ ਇਹ ਗਲਾਸ ਵਰਕ ਹੋਇਆ ਦਾ ਸਾਰਾ ਜਿਹੜਾ ਸ਼ੀਸ਼ੇ ਦਾ ਗਲਾਸ ਵਰਕ ਹੋਇਆ ਦਾ ਇਹ ਚੈੱਕ ਕਰੋ ਸ਼ੀਸ਼ੇ ਦੇ ਨਾਲ ਜਿਹੜਾ ਨਾ ਪੇਂਟਿੰਗਾਂ ਬਣਾਈਆਂ ਨੇ ਠੀਕ ਹੈ ਇਹ ਉੱਪਰ ਜਿਹਨੇ ਬਣਾਈ ਹੈ ਨਾ ਉਹਦੇ ਉੱਤੇ ਨਾਂ ਵੀ ਲਿਖਿਆ ਹੈ ਉਸ ਇਹ ਵੀ ਵੇਖੋ ਇਹ ਵੀ ਜਿਹਨਾਂ ਨੇ ਬਣਾਈ ਹੈ ਇਹਨਾਂ ਦਾ ਉੱਤੇ ਨਾਂ ਲਿਖਿਆ ਹੈ ਠੀਕ ਹੈ ਬਕਾਇਦਾ ਹੁਣ ਤੈਨੂੰ ਬਹਾਨਾ ਵਾਸਤੇ ਵਿਊ ਇਹ ਚੈੱਕ ਕਰੋ ਇਹ ਜੇ ਪੂਰਾ ਜਿਹਾ ਨਾ ਬੂਥ ਹੈ ਅਤੇ ਉਹਦੀ ਜਿਹਨੇ ਫਿਰ ਉਸ ਤੋਂ ਬਾਅਦ ਇਹ ਵੇ ਇਹ ਕਿਆ ਕਮਾਲ ਦੀ ਹੈ ਸਾਹਮਣੇ ਤਾਂ ਬੜੀ ਕਮਾਲ ਦੀ ਮੈਨੂੰ ਲੱਗੀ ਹੈ ਜਿਹੜੀ ਫਸਟ ਵਾਲੀ ਹੈ ਵੇਖੋ ਜਨਾਬ ਇਹ ਜਿਹੜੇ ਆ ਮੇਰੇ ਪਿੱਛੇ ਪੇਂਟਿੰਗਾਂ ਨੇ ਨਾ ਇਹ ਇੱਕ ਬੱਚੀ ਹੈ 17 ਸਾਲ ਦੀ ਬੱਚੀ ਹੈ ਠੀਕ ਹੈ ਉਹਨੇ ਜਿਹੜਾ ਨਾ ਬਣਾਈਆਂ ਨੇ ਪੇਂਟਿੰਗਾਂ ਠੀਕ ਹੈ ਅਤੇ ਭਾਈ ਸਾਹਿਬ ਜਿਹੜੇ ਖਲੋਤੇ ਨਾ ਇਹ ਪੈਂਟ ਕੋਟ ਜਿਹਨਾਂ ਨੇ ਪਾਇਆ ਦਾ ਠੀਕ ਹੈ ਐਦਾਂ ਦੀ ਬੇਟੀ ਹੈ ਠੀਕ ਹੈ ਅਤੇ ਮੈਂ ਇਹਦਾ ਹੱਥ ਖਲੋਤਾ ਤਾਂ ਮੈਨੂੰ ਦੱਸਦੇ ਨੇ ਕਹਿੰਦੇ ਨੇ ਆ ਮੇਰੀ ਬੇਟੀ ਨੇ ਨਾ ਬਣਾਈ ਹੈ ਹਲੇ ਉਹ ਸਟੱਡੀ ਕਰ ਰਹੀ ਹੈ ਅਤੇ ਮਾਸ਼ਾਅੱਲਾ ਵੇਖੋ ਕਿੱਡੀ ਆ ਕਮਾਲ ਦੀ ਜਿਹੜੀ ਨਾ ਇੱਕ ਪੂਰੀ ਅਟਰੈਕਟਿਵ ਬਣਾਈ ਹੈ ਚੀਜ਼ ਠੀਕ ਹੈ ਧੰਨਵਾਦ ਬਕਾਇਦਾ ਜਿਹਾ ਨਾ ਬਹਾਨਾ ਵਾ ਵੇਖੋ ਕਿਆ ਅਟਰੈਕਟਿਵ 17 ਸਾਲ ਦੀ ਬੱਚੀ ਹੈ ਮਾਸ਼ਾਅੱਲਾ ਅਤੇ ਵੇਖੋ ਕੰਮ ਚੈੱਕ ਕਰੋ ਜ਼ਬਰਦਸਤ ਅਤੇ ਨਾਂ ਹੈ ਵਰਸ਼ਾ ਸਾਜੂ ਨਾਂ ਹੈ ਠੀਕ ਹੈ ਧੰਨਵਾਦ ਬਹਾਨਾ ਵੇਖੋ ਦਾ ਇਹ ਵੇਖੋ ਚੈੱਕ ਕਰੋ ਇਹ ਸਾਰਾ ਜਿਹਾ ਨਾ ਬੱਚੀ ਨੇ ਜਿਹਾ ਨਾ ਕੰਮ ਕੀਤਾ ਜਿਹਾ ਬਕਾਇਦਾ ਉਹਨੇ ਜਿਹੜਾ ਆਪਣੇ ਹੱਥਾਂ ਦੇ ਨਾਲ ਜਿਹੜੇ ਨਾ ਪੇਂਟਿੰਗ ਬਣਾਈ ਹੈ ਅਤੇ ਇਹ ਵੇਖੋ ਇਹ ਜੇ ਨਾ ਉਹਦਾ ਨਾਂ ਲਿਖਿਆ ਹੈ ਠੀਕ ਹੈ ਇਹ ਦੇਖੋ ਠੀਕ ਹੈ ਇਹ ਜਿਹਨੇ ਅਗਰ ਕਿਸੇ ਨੇ ਉਹਦੇ ਉੱਤੇ ਸਰਚ ਕਰਨਾ ਹੈ ਕਰ ਸਕਦੇ ਹੋ ਇਹ ਵੇਖੋ ਕਿਆ ਕਮਾਲ ਦਾ ਜਿਹਾ ਨਾ ਕੰਮ ਕੀਤਾ ਉਹਦਾ ਜਨਾਬ ਇਹ ਵੇਖੋ ਮੇਰੇ ਸਾਹਮਣੇ ਪਿੱਛੇ ਲਿਖਿਆ ਉਹਦਾ ਨਾ ਸਟੂਡੀਓ ਠੀਕ ਹੈ ਇੱਥੇ ਨਾ ਬਕਾਇਦਾ ਟੇਬਲ ਲੱਗੇ ਨੇ ਠੀਕ ਹੈ ਜਿਸ ਬੰਦੇ ਨੂੰ ਵੀ ਜਿਹੜਾ ਪੇਂਟਿੰਗ ਬਣਾਉਣ ਦਾ ਸ਼ੌਕ ਹੈ ਉਹ ਜਨਾਬ ਇੱਥੋਂ ਪੇਪਰ ਅਤੇ ਉਸ ਤੋਂ ਬਾਅਦ ਰੰਗ ਵਗੈਰਾ ਲੈ ਕੇ ਨਾ ਉਹ ਪੇਂਟਿੰਗ ਬਣਾ ਕੇ ਅਤੇ ਇਹ ਵੇਖੋ ਇੱਥੇ ਮੈਂ ਤੁਹਾਨੂੰ ਵਿਖਾਉਂਦਾ ਵਾਂ ਜਿਹਨਾਂ ਨੇ ਪੇਂਟਿੰਗਾਂ ਬਣਾਈਆਂ ਨੇ ਜਿਹਨਾਂ ਨੇ ਬਣਾਉਣ ਦਾ ਸ਼ੌਕ ਹੈ ਮੈਂ ਬਣਾ ਕੇ ਨਾ ਜਿਹੜੇ ਅਸੀਂ ਛੋਟੇ ਹੁੰਦੇ ਨਹੀਂ ਸਮਝਾਉਂਦੇ ਹੈ ਕਾਗਜ਼ ਦੇ ਉੱਤੇ ਠੀਕ ਹੈ ਉਂਝ ਬਕਾਇਦਾ ਜਿਵੇਂ ਲੋਕਾਂ ਨੇ ਆਪਣੇ ਵੱਲੋਂ ਜਿੰਨਾ ਹੋ ਸਕਿਆ ਕੋਸ਼ਿਸ਼ਾਂ ਕੀਤੀਆਂ ਨੇ ਇਹਨੂੰ ਕਹਿੰਦੇ ਨੇ ਸੈਲਫ ਕੌਨਫੀਡੈਂਸ ਜਿਹੜਾ ਨਾ ਵਧਾਉਣਾ ਠੀਕ ਹੈ ਕਿ ਆਪਣੇ ਅੰਦਰ ਜਿਹੜਾ ਨਾ ਖੁਦ ਇਤਮਾਦੀ ਜਿਹੜਾ ਨਾ ਵਧਾਉਣਾ ਤੁਹਾਨੂੰ ਵਿਖਾਉਂਦਾ ਵੇਖੋ ਜਿੰਨਾ ਲੋਕਾਂ ਕੋਲ ਜਿੰਨੀ ਕੋਸ਼ਿਸ਼ ਹੋਈ ਉਹਨਾਂ ਨੇ ਜਿਹੜਾ ਬਕਾਇਦਾ ਜਿਹੜਾ ਵੀਡੀਓ ਪੇਂਟਿੰਗਾਂ ਬਣਾਈਆਂ ਤੁਹਾਨੂੰ ਵੇਖੋ ਚੈੱਕ ਕਰੋ ਕਿੱਡੀ ਕਮਾਲ ਦੀ ਹੈ ਜਿਹੜੀ ਇਹਨਾਂ ਬਣਾਈਆਂ ਨੇ ਠੀਕ ਹੈ ਜਿੰਨਾ ਕੁ ਹੋ ਸਕਿਆ ਉਹਨਾਂ ਨੇ ਉਸ ਹਿਸਾਬ ਨਾਲ ਜਿਹੜਾ ਬਣਾਈਆਂ ਨੇ ਵੇਖੋ ਚੈੱਕ ਕਰੋ ਉਸ ਤੋਂ ਬਾਅਦ ਇਹ ਤਲਵੀਰ ਇਹ ਵੇਖੋ ਇਹ ਵੀ ਜਿਹੜਾ ਨਾ ਬਕਾਇਦਾ ਜਨਾਬ ਜਿੰਨਾ ਕੁ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਉਸ ਹਿਸਾਬ ਨਾਲ ਜਿਹੜਾ ਉਹਨਾਂ ਨੇ ਬਣਾਈਆਂ ਨੇ ਪੇਂਟਿੰਗਾਂ ਇਹ ਵੇਖੋ ਇਹ ਜਿਹੜਾ ਸਟੂਡੀਓ ਦਾ ਜਿਹੜਾ ਨਾ ਹਿੱਸਾ ਸਾਰਾ ਇੱਥੇ ਲੋਕ ਜਿਹੜਾ ਨਾ ਲੋਤੇ ਨੇ ਉਹ ਉੱਥੇ ਦਾ ਸਾਹਮਣੇ ਜਿਹੜਾ ਨਾ ਉਹ ਦੇ ਰਹੇ ਨੇ ਇੰਸਟਰਕਸ਼ਨਾਂ ਦੇ ਰਹੇ ਨੇ ਇਹ ਵੇਖਿਆ ਸਟੂਡੀਓ ਲਿਖਿਆ ਦਾ ਠੀਕ ਹੈ ਇੱਥੇ ਜਿਹੜਾ ਇੰਸਟਰਕਸ਼ਨਾਂ ਦੇ ਰਹੇ ਅੱਗੇ ਤੁਹਾਨੂੰ ਵਿਖਾਇਆ ਨਾ ਇੱਥੇ ਜਨਾਬ ਉਹ ਬਣਾਉਂਦੇ ਨੇ ਲੋਕ ਜਿਹੜਾ ਨਾ ਪੇਂਟਿੰਗ ਵਗੈਰਾ ਕਰਦੇ ਨੇ ਠੀਕ ਹੈ ਹੁਣ ਉਹ ਹੋਰ ਇਹ ਵੇਖੋ ਮੈਂ ਜਿਹਾ ਨਾ ਇੱਕ ਜਿਹਾ ਵਰਲਡ ਆਰਟ ਉਹਦੇ ਵਿੱਚ ਜਿਹਾ ਨਾ ਐਗਜੀਬਿਸ਼ਨ ਦੇ ਵਿੱਚ ਖਲੋਤਾ ਵਾਂ ਇੱਕ ਮੈਂ ਪੂਰਾ ਕਾਊਂਟਰ ਬਣਾਇਆ ਹੈ ਚੈੱਕ ਕਰੋ ਪੂਰਾ ਜਿਹੜਾ ਨਾ ਗਲਾਸ ਵਰਕ ਹੋਇਆ ਹੈ ਇਹ ਕੁੜੀ ਦਾ ਨਾਂ ਆ ਜੇ ਪੇਅੰਦ ਮਲਿਕ ਠੀਕ ਹੈ ਅਤੇ ਇਹਦਾ ਤਾਂ ਮੈਂ ਵਿਖਾਉਂਦਾ ਵਾਂ ਦੂਸਰੀ ਸਾਈਡ ਕੈਮਰਾ ਕਰਕੇ ਵਿਖਾਉਂਦਾ ਵਾਂ ਕਿਆ ਕਮਾਲ ਦਾ ਜਿਹਾ ਨਾ ਸ਼ੀਸ਼ੇ ਦੇ ਨਾਲ ਜਿਹੜਾ ਨਾ ਪੇਂਟਿੰਗ ਬਣਾਈ ਹੈ ਠੀਕ ਹੈ ਸ਼ੀਸ਼ੇ ਦਾ ਸਾਰਾ ਕੰਮ ਜਿਹੜਾ ਸ਼ੀਸ਼ੇ ਦਾ ਆਇਆ ਹੈ ਮੈਨੂੰ ਤਾਂ ਬੜਾ ਪਸੰਦ ਆਇਆ ਅਤੇ ਉਸ ਤੋਂ ਬਾਅਦ ਇਹ ਵੇਖੋ ਇਹ ਜਨਾਬ ਪਰ ਬਣਾਏ ਨੇ ਇਹ ਵੇਖੋ ਜੀ ਉੱਡ ਚਲਾ ਜੇ ਉੱਡ ਲਗਾ ਜੇ ਇਹ ਠੀਕ ਹੈ ਜੀ ਇਹ ਵੇਖੋ ਠੀਕ ਹੈ ਤੁਹਾਨੂੰ ਵਿਖਾਉਂਦਾ ਵਾਂ ਦੂਸਰੇ ਪਾਸੇ ਠੀਕ ਹੈ ਇਹ ਵੇਖੋ ਤੁਹਾਨੂੰ ਦੂਸਰੇ ਪਾਸੇ ਕੈਮਰਾ ਕਰਕੇ ਤਾਂ ਵਿਖਾਉਂਦਾ ਵਾਂ ਇਹ ਵੇਖੋ ਜਿਹਾ ਨਾ ਸਾਰਾ ਜਿਹਾ ਨਾ ਗਲਾਸ ਵਰਕ ਹੋਇਆ ਦਾ ਠੀਕ ਹੈ ਉਸ ਤੋਂ ਬਾਅਦ ਇਹ ਵੇਖੋ ਥੱਲੇ ਉਹਨੇ ਅਰਬੀ ਦੇ ਵਿੱਚ ਵੀ ਜਿਹਾ ਨਾ ਪੇਂਟਿੰਗ ਬਣਾਈ ਹੈ ਉਸ ਤੋਂ ਬਾਅਦ ਦਿਲ ਵਗੈਰਾ ਜਿਹੜਾ ਬਣਾਇਆ ਦਾ ਠੀਕ ਹੈ ਉਸ ਤੋਂ ਬਾਅਦ ਚੈੱਕ ਕਰੋ
ਸਾਰਾ ਜਿਹਾ ਨਾ ਸ਼ੀਸ਼ੇ ਦਾ ਕੰਮ ਕੀਤਾ ਉਹਦਾ, ਠੀਕ ਹੈ, ਚੈੱਕ ਕਰੋ, ਬਿਹਤਰੀਨ ਜਿਹਾ ਨਾ, ਅਮੇਜ਼ਿੰਗ। ਕਿਆ ਕਮਾਲ ਦਾ। ਉਸ ਤੋਂ ਬਾਅਦ ਇਹ ਵੇਖੋ ਸੂਫੀਜ਼ਮ ਦੇ ਬਾਰੇ ਵੱਲੋਂ ਜਿਹੜੀ ਨਾ ਪੇਂਟਿੰਗ ਬਣਾਈ ਦੀ ਹੈ, ਵੇਖੋ ਸਾਰੀ ਜਿਹੜਾ ਸੂਫੀਜ਼ਮ ਜਿਹੜਾ ਡਾਂਸ ਵਗੈਰਾ ਕਰਦੇ ਨੇ ਨਾ ਉਹਦੇ ਵਿੱਚ ਸਾਰੀ ਜਿਹੜਾ ਉਹਦੇ ਮੁਤਲਕ ਬਣਾਈ ਹੈ ਪੇਂਟਿੰਗ। ਉਸ ਤੋਂ ਬਾਅਦ ਇਹ ਵੇਖੋ ਥੱਲੇ, ਉਸ ਤੋਂ ਬਾਅਦ ਇਹ ਵੇਖੋ, ਠੀਕ ਹੈ, ਅਤੇ ਇਹ ਵੇਖੋ ਉਸ ਤੋਂ ਬਾਅਦ ਇਹ, ਅਤੇ ਇਹ ਜਿਹੜੀ ਹੈ ਨਾ ਇਹ ਕੁੜੀ ਜੇ ਇਹ ਜੇ ਤਸਵੀਰ ਇਹ ਜੇ, ਅਗਰ ਕਿਸੇ ਨੇ ਇੰਸਟਾਗ੍ਰਾਮ 'ਤੇ ਜਾਣਾ ਫਾਲੋ ਵੀ ਕਰ ਸਕਦਾ, ਠੀਕ ਹੈ। ਇਹ ਨਾਂ ਲਿਖਿਆ ਜੇ ਪੇਯੰਦ ਮਲਿਕ, ਠੀਕ ਹੈ, ਮਿਰਰ ਵਰਕ ਆਰਟਿਸਟ, ਠੀਕ ਹੈ, ਨੰਬਰ ਵਗੈਰਾ ਸਭ ਕੁਛ ਇਹਨਾਂ ਲਿਖਿਆ ਉਹਦਾ, ਠੀਕ ਹੈ। ਦੁਬਈ ਦੇ ਵਿੱਚ ਇਹਨਾਂ ਦਾ ਨਾ ਸਕੂਲ ਵੀ ਹੈ ਵੇ ਬਕਾਇਦਾ, ਇਹਨਾਂ ਨੇ ਨਾ ਮੈਨੂੰ ਦਿੱਤਾ ਹੈ ਇੱਕ ਕਾਰਡ ਵੀ ਦਿੱਤਾ ਹੈ, ਚੱਲ ਮੈਂ ਕਾਰਡ ਵਹਾਨਾ ਵਾ, ਕਾਰਡ ਕਿੱਥੇ ਗਿਆ ਹੈ। ਮੈਂ ਵੇਖੋ ਜਿੱਥੇ ਮੈਂ ਪਿੱਛੇ ਖਲੋਤਾ ਵਾ ਨਾ, ਰਿਸ਼ਤਾ ਜਿਹੜਾ ਨਾ ਇਹਦਾ ਨਾਂ ਹੈ, ਠੀਕ ਹੈ, ਇਹ ਪੇਂਟਿੰਗ ਨਹੀਂ ਹੈ, ਇਹ ਤਸਵੀਰ ਹੈ, ਤਸਵੀਰ ਮੈਂ ਇੱਥੇ ਮੈਂ ਉਹ ਹੀ ਨਾ, ਸਾਨੂੰ ਜਿਹੜਾ ਲੱਗਦਾ ਹਰ ਚੀਜ਼ ਜਿਹੜੀ ਨਾ ਪੇਂਟਿੰਗ ਹੁੰਦੀ ਹੈ, ਠੀਕ ਹੈ, ਇਹ ਪੇਂਟਿੰਗ ਨਹੀਂ। ਅੱਗੇ ਮੈਂ ਤੁਹਾਨੂੰ ਵਹਾਇਆ ਪੇਂਟਰਾਂ ਦੇ ਵਿੱਚ ਵੀ ਨਾ ਇੱਕ ਲੈਦਾ ਲੈਦਾ ਜਿਹੜਾ ਡਿਫਰੈਂਟ ਕੈਟਾਗਰੀਜ਼ ਹੁੰਦੀਆਂ ਨੇ, ਕੁਛ ਪੇਂਟਰ ਹੁੰਦੇ ਨੇ ਕਲਰ ਦੇ ਨਾਲ ਕਰਦੇ ਨੇ, ਰੰਗ ਦੇ ਨਾਲ, ਕੁਛ ਹੁੰਦੇ ਨੇ ਸਪਰੇਅ ਦੇ ਨਾਲ, ਆਇਲ ਦੇ ਨਾਲ ਕਰਦੇ ਨੇ, ਕੁਛ ਗਲਾਸ ਵਰਕ ਕਰਦੇ ਨੇ, ਗਲਾਸ ਪੇਂਟਰ, ਮਿਰਰ ਪੇਂਟਰ ਹੁੰਦੇ ਨੇ, ਮਿਰਰ ਵਰਕ ਪੇਂਟਰ। ਉਸ ਤੋਂ ਬਾਅਦ ਇਹ ਵੇਖੋ ਫੋਟੋਗ੍ਰਾਫਰ, ਇਹ ਜਿਹੜਾ ਨਾ ਇਹ ਜੇ ਵੇਖੋ ਪਿੱਛੇ ਐਡੀਆਂ ਕਮਾਲ ਦੀਆਂ ਜਿਹੜੀਆਂ ਨਾ ਤਸਵੀਰਾਂ ਲਈਆਂ ਗਈਆਂ ਨਾ, ਓਰੀਜਨਲ ਦੇ ਵਿੱਚ ਜਿਹੜੀਆਂ ਨਾ ਇਹ ਤਸਵੀਰਾਂ ਖਿੱਚੀਆਂ ਗਈਆਂ ਨੇ ਕੈਮਰੇ ਦੇ ਵਿੱਚ, ਜਪਾਨ ਦਾ ਇੱਕ ਉਹ ਵੇ ਕੀ ਨਾਂ ਹੈ ਫੋਟੋਗ੍ਰਾਫਰ, ਉਹਨੇ ਲਈਆਂ ਨੇ, ਤੁਹਾਨੂੰ ਮੈਂ ਵਹਾਨਾ ਵਾ ਪਿਛਲੀ ਸਾਈਡ ਵੱਲ, ਕਿਆ ਕਮਾਲ ਦਾ ਜਿੱਦਾਂ ਐਂਡ ਦੀ ਜਿਹੜੀ ਨਾ ਤਸਵੀਰ ਲਈ ਗਈ ਹੈ ਕਿ ਨੈਕਸਟ ਲੈਵਲ ਦੀ ਤਸਵੀਰ ਹੈ, ਤੁਹਾਨੂੰ ਵਹਾਨਾ ਵਾ ਵੇ ਚੈੱਕ ਕਰੋ, ਇਹ ਵੇਖੋ ਇਹ ਚੈੱਕ ਕਰੋ, ਇਹ ਜਿਹੜੀ ਨਾ ਓਰੀਜਨਲ ਤਸਵੀਰ ਲਈ ਗਈ ਹੈ ਕੈਮਰੇ ਦੇ ਵਿੱਚ, ਕਿਆ ਕਮਾਲ ਦੀ ਜਿਹੜੀ ਨਾ ਪੂਰਾ ਇੱਕ ਨੇਚਰ ਜਿਹੜੇ ਇਹਨਾਂ ਦੱਸਣ ਦੇ ਹੈਗੇ। ਇਹ ਵੇਖੋ ਉਸ ਤੋਂ ਬਾਅਦ ਇਹ ਵੀ ਜੇ, ਉਸ ਤੋਂ ਬਾਅਦ ਹੈ, ਅਤੇ ਇਹ ਵੇਖੋ ਇਹ ਉਸ ਸਾਹਮਣੇ ਜਿਹਾ ਨਾ ਇਹ ਬੰਦੇ ਨੇ ਲਈ ਜੇ, ਠੀਕ ਹੈ, ਅੱਧਾ ਚੰਨ ਅਤੇ ਅੱਧਾ ਜਿਹਾ ਉਹ ਜਿਹਾ ਨਾ ਆਉਂਦਾ ਪਿਆ, ਅਤੇ ਜਨਾਬ ਇਹ ਚੈੱਕ ਕਰੋ, ਇਹਦੀ ਪ੍ਰਾਈਜ਼ ਚੈੱਕ ਕਰੋ, 14,000 ਦਿਰਮ ਦੀ ਹੈ, 14,400 ਦਿਰਮ ਦੀ, ਅਤੇ ਆਲਰੇਡੀ ਵਿਕ ਗਈ ਹੈ, ਠੀਕ ਹੈ। ਕਿਆ ਕਮਾਲ ਦੀ ਪੇਂਟਿੰਗ ਜਿਹੜੀ ਇਹਨਾਂ ਤਸਵੀਰ ਖਿੱਚੀ, ਅਤੇ ਇਹ ਤਾਂ ਲੋਕ ਜਿਹੜੇ ਤਸਵੀਰ ਫੋਟੋਗ੍ਰਾਫਰ ਹੁੰਦੇ ਨੇ ਜਨਾਬ ਬੜਾ ਟਾਈਮ ਭਾਂਦੇ ਨੇ, ਠੀਕ ਹੈ, ਕੋਈ ਗੱਲ ਨਹੀਂ, ਸਾਨੂੰ ਪੰਜਾਬੀ ਸਾਹਿਬ ਵੀ ਬਣਨਗੇ ਇਨਸ਼ਾਅੱਲਾ ਇੱਕ ਦਿਨ ਫੋਟੋਗ੍ਰਾਫਰ ਵੀ। ਮੈਂ ਇੱਥੇ ਇੱਕ ਜਗ੍ਹਾ ਆਇਆ ਵਾਂ, ਬੰਦਾ ਜਿਹੜਾ ਨਾ ਪੇਂਟਿੰਗ ਵਗੈਰਾ ਬਣਾ ਰਿਹਾ ਹੈ ਲਾਈਵ, ਭਾਈ ਜਾਣਾ ਨੇ ਜਿਹਨੇ ਪੇਂਟਿੰਗ ਬਣਾਈ ਜੇ, ਮੈਨੂੰ ਤਾਂ ਬੜੀ ਪਸੰਦ ਆਈ ਜੇ। ਵੇਖੋ ਜਿਹੜੇ ਆਰਟਿਸਟ ਨੇ ਨਾ ਬਕਾਇਦਾ ਜਨਾਬ, ਇਹ ਵੇਖੋ ਕੁੜੀਆਂ ਵੀ ਜਿਹੜੀਆਂ ਨਾ ਬਣਾ ਰਹੀਆਂ ਨੇ, ਕੁੜੀ ਜਿਹੜੇ ਨਾ ਲਾਈਵ ਜਿਹੜੀਆਂ ਨਾ ਬਣਾ ਰਹੀ ਹੈ। ਉਸ ਤੋਂ ਬਾਅਦ ਇਹ ਵੇਖੋ ਚੈੱਕ ਕਰੋ, ਇਹ ਸਾਰੀਆਂ ਜਿਹੜੇ ਨਾ ਹੁਣ ਬਣਾਈਆਂ ਨੇ, ਠੀਕ ਹੈ, ਇਹ ਹੁਣ ਬਣਾ ਕੇ ਜਨਾਬ ਉੱਤੇ ਫਿਰ ਰੰਗ ਕਰ ਛੱਡਦੇ ਨੇ। ਕਿਆ ਕਮਾਲ ਦੀ ਜਿਹੜਾ ਲਾਈਵ ਜਿਹੜਾ ਬਣਾਉਂਦੇ ਨੇ, ਠੀਕ ਹੈ, ਇਹ ਪੂਰਾ ਵੇਖੋ ਲੋ ਜਨਾਬ, ਇਹ ਵੇਖੋ ਇਹ ਬਾਈ ਸਾਹਿਬ ਬੜੀ ਜਿਹੜੇ ਨਾ ਪੇਂਟਿੰਗ ਬਣਾ ਰਹੇ ਨੇ ਲਾਈਵ। ਹੈਲੋ, ਉਹ ਵੇਖੋ ਬੰਦੇ ਨੇ ਜਿਹੜਾ ਨਾ ਹੱਥ ਵਿੱਚ ਮੋਬਾਈਲ ਫੜਿਆ ਹੈ, ਠੀਕ ਹੈ, ਵੇਖੋ ਅਜਾ ਮੋਬਾਈਲ ਫੜਿਆ ਹੈ ਅਤੇ ਬਕਾਇਦਾ ਪੇਂਟਿੰਗ ਬਣਾ ਰਿਹਾ, ਸਪਰੇਅ ਦੇ ਨਾਲ ਜਿਹੜਾ ਨਾ ਪੇਂਟਿੰਗ ਬਣ ਰਹੀ ਹੈ ਆਇਲ। ਗੁੱਡ ਜਾਬ ਬੜੀ, ਚੈੱਕ ਕਰੋ ਕਿਆ ਕਮਾਲ ਦੀ ਜਿਹੜੇ ਨਾ ਪਿੱਛੇ ਖਲੋਤੇ ਨੇ ਭਾਈ, ਜਿਹੜੇ ਉਹ ਪਿੱਛੇ ਖਲੋਤੇ ਨੇ ਨਾ ਰਿਫ ਭਾਈ। ਹੈਲੋ, ਅਸਲਾਮ ਅਲੈਕੁਮ, ਦਿਸ ਇਜ਼ ਮਾਈ ਫਰੈਂਡ ਸਲੂ ਪੰਜਾਬੀ। ਸਲੂ ਪੰਜਾਬੀ, ਸਲੂ ਪੰਜਾਬੀ, ਇੱਥੇ ਮੈਂ ਖਲੋਤਾ ਵਾਂ, ਠੀਕ ਹੈ, ਇਹਨਾਂ ਨੇ ਮਾਸ਼ਾਅੱਲਾ ਜਿਹੜਾ ਨਾ ਦੁਨੀਆਂ ਦਾ ਸਭ ਤੋਂ ਵੱਡਾ ਜਿਹੜਾ ਨਾ ਕੁਰਾਨੇ ਪਾਕ ਬਣਾਇਆ ਹੈ, ਤੁਹਾਨੂੰ ਮੈਂ ਦੂਸਰੀ ਸਾਈਡ ਵੱਲ ਕਰਕੇ ਵਿਖਾਉਂਦਾ ਵਾਂ। ਮਾਸ਼ਾਅੱਲਾ, ਹੈਂਡ ਰਾਈਟਿੰਗ ਰਾਈਟ, ਮਾਸ਼ਾਅੱਲਾ,
ਵੇਖੋ ਹੱਥ ਦੇ ਨਾਲ ਜੇ ਨਾ ਲਿਖਿਆ ਹੈ ਤੇ 2019 ਤੋਂ ਹਾਊ ਮੈਨੀ ਈਅਰਸ ਟੁਕਸ ਦਿਸ ਫਾਰ ਦਿਸ 3 ਇਅਰ ਹਾਂ ਓਕੇ ਇਹ ਵੇਖੋ ਜਨਾਬ ਇਹ ਵੇਖੋ ਬਕਾਇਦਾ ਜੇ ਨਾ ਵਰਲਡ ਲਾਰਜੈਸਟ ਵੇਖੋ ਜੇ ਨਾ ਹੱਥ ਦੇ ਨਾਲ ਮਾਸ਼ਾਅੱਲਾ ਲਿਖਿਆ ਜਨਾਬ 1 ਕਿਲੋਮੀਟਰ ਦੀ ਲੈਂਥ ਜੇ ਠੀਕ ਹੈ ਤੇ ਵਿਥ ਜਿਹੜੀ ਹੈ ਨਾ 70 ਜਿਹੜੀ ਚੌੜਾਈ ਹੈ ਨਾ 70 ਸੈਂਟੀਮੀਟਰ ਠੀਕ ਹੈ ਮਾਸ਼ਾਅੱਲਾ ਵੇਖੋ ਕਿੱਡਾ ਸੋਹਣਾ ਜਿਹਾ ਨਾ 3 ਸਾਲ ਲੱਗੇ ਨੇ ਉਸ ਤੋਂ ਬਾਅਦ ਵੀ ਦੁਨੀਆਂ ਦਾ ਸਭ ਤੋਂ ਵੱਡਾ ਕੁਰਾਨ ਪਾਕ ਹੈ ਮਾਸ਼ਾਅੱਲਾ ਉਸ ਤੋਂ ਬਾਅਦ ਵੇਖੋ ਭਾਈ ਨੇ ਬਣਾਇਆ ਦੁਨੀਆਂ ਦਾ ਸਭ ਤੋਂ ਵੱਡਾ ਜਿਹਾ ਨਾ ਸਕਰੂ ਡਰਾਈਵ ਠੀਕ ਹੈ ਇਹਦਾ ਬਕਾਇਦਾ ਜਿਹਾ ਨਾ ਵੇਖੋ ਇੱਥੇ ਜਿਹਾ ਨਾ ਬਕਾਇਦਾ ਇਹਨਾਂ ਨੂੰ ਗਨੀਸ ਬੁੱਕ ਰਿਕਾਰਡ ਮਿਲਿਆ ਹੈ ਉਹ ਵੇਖੋ ਤੇ ਤਸਵੀਰ ਵੀ ਲੱਗੀ ਜੇ ਠੀਕ ਹੈ ਇਹ ਵੇਖੋ ਇਹ ਵੀ ਗਨੀਸ ਬੁੱਕ ਰਿਕਾਰਡ ਜਿਹਾ ਨਾ ਠੀਕ ਹੈ ਇਹ ਵੇਖੋ ਇਹਨਾਂ ਨੇ ਬਕਾਇਦਾ ਇੱਥੇ ਲਿਖਿਆ ਹੈ ਠੀਕ ਹੈ ਵਰਲਡ ਲਾਰਜੈਸਟ ਸਕਰੂ ਡਰਾਈਵ ਐਂਡ ਗਨੀਸ ਬੁੱਕ ਰਿਕਾਰਡ ਠੀਕ ਹੈ ਦਲੀਪ ਭਾਈ ਓਕੇ ਦਲੀਪ ਭਾਈ ਨਾਈਸ ਟੂ ਮੀਟ ਯੂ ਥੈਂਕ ਯੂ ਸੋ ਮਚ ਓਕੇ ਅਸਲਾਮੁਅਲੈਕਮ ਪੰਜਾਬੀ ਫੈਮਿਲੀ ਸਲੂ ਪੰਜਾਬੀ ਫੈਮਿਲੀ ਉਰਦੂ ਬੋਲਦੇ ਨੇ ਪੰਜਾਬੀ ਵੀ ਬੋਲਦੇ ਨੇ ਤੇ ਮੈਂ ਕਿਹਾ ਕਿੱਥੇ ਰਹਿੰਦੇ ਹੋ ਕਹਿੰਦੇ ਥੋੜਾ ਜਿਹਾ ਆਤਾ ਇਹਦੇ ਠੀਕ ਹੈ ਕਹਿ ਰਹੇ ਹਾਂ ਕਿ ਮੈਂ ਜਿਹਾ ਨਾ ਉੱਥੇ ਲਾਹੌਰ ਸ਼ੀ ਇਜ਼ ਲਿਵਿੰਗ ਇਨ ਲਾਹੌਰ ਲਾਹੌਰ ਰਹਿੰਦੇ ਨੇ ਜਨਾਬ ਅੱਛਾ ਜੀ ਚਲੋ ਜਿਹਨਾਂ ਦਾ ਬਹਾਨੇ ਜਿੱਥੇ ਡਿਊਟੀ ਕਰਨ ਦੇ ਨਾ ਪੇ ਤੁਹਾਨੂੰ ਮੈਂ ਬਹਾਨਾ ਵਾ ਇਹ ਚੈੱਕ ਕਰੋ ਜਾਂ ਕਮਾਲ ਦੀ ਪੇਂਟਿੰਗ ਇਹ ਚੈੱਕ ਕਰੋ ਬਕਾਇਦਾ ਜਿਹਾ ਨਾ ਜਿਹਨਾਂ ਜਿਹਨਾਂ ਨੇ ਬਣਾਈਆਂ ਨੇ ਨਾ ਬਕਾਇਦਾ ਉਹਨਾਂ ਦੇ ਨਾਂ ਲਿਖੇ ਨੇ ਜੰਗ ਸ਼ੂ ਜੂਲੀ ਉਸ ਤੋਂ ਬਾਅਦ ਜਿਹਾ ਨਾ ਇਹ ਵੇਖੋ ਬਕਾਇਦਾ ਜਿੰਨੀਆਂ ਵੀ ਪੇਂਟਿੰਗਾਂ ਵਗੈਰਾ ਬਣੀਆਂ ਨੇ ਠੀਕ ਹੈ ਕੋਰੀਅਨ ਟ੍ਰੈਡੀਸ਼ਨ ਇਹ ਜਿਹਾ ਨਾ ਕੋਰੀਆ ਦਾ ਜਿਹੜਾ ਤਹਿਜ਼ੀਬ ਹੈ ਨਾ ਉਹਨਾਂ ਦੇ ਬਾਰੇ ਨੂੰ ਜਿਹਾ ਨਾ ਬਣਾਈਆਂ ਨੇ ਪੇਂਟਿੰਗਾਂ ਸਾਰੀਆਂ ਕਿਆ ਚੈੱਕ ਕਰੋ ਵੇਖੋ ਕਿਆ ਯੂਨੀਕ ਯੂਨੀਕ ਪਿਕਚਰਸ ਨੇ ਆ ਵੇਖੋ ਬਿਹਤਰੀਨ ਜਿਹਾ ਨਾ ਇਹ ਵੇਖੋ ਚੈੱਕ ਕਰੋ ਬਕਾਇਦਾ ਫਿਰ ਥੱਲੇ ਉਸ ਤੋਂ ਬਾਅਦ ਥੱਲੇ ਨਾ ਆਰਟਿਸਟ ਵਗੈਰਾ ਦਾ ਨਾਂ ਲਿਖਿਆ ਹੈ ਠੀਕ ਹੈ ਇਹ ਸਾਰਾ ਜਿਹਾ ਨਾ ਜਨਾਬ ਇਹ ਨਾ ਉਹਦੇ ਵਿੱਚ ਐਕਸੀਬਿਸ਼ਨ ਦੇ ਵਿੱਚ ਨਾ ਇੱਕ ਨਾ ਵਾਕ ਰੈਂਪ ਬਣਾਇਆ ਹੈ ਠੀਕ ਹੈ ਚੱਕਰ ਬਣਾਇਆ ਵੇ ਵੇਖੋ ਮੇਰੇ ਪਿੱਛੇ ਵੇਖਦੇ ਹੋ ਲੋਕ ਜਿਹੜੇ ਜਿਹੜੇ ਪੇਂਟਰ ਨੇ ਨਾ ਆਰਟਿਸਟ ਵਗੈਰਾ ਨੇ ਉਹ ਆਪਣੀ ਤਸਵੀਰ ਲੈ ਕੇ ਜਾਂਦੇ ਨੇ ਤੇ ਪੂਰੇ ਜਿਹੜਾ ਨਾ ਸਟੇਡੀਅਮ ਦੇ ਵਿੱਚ ਜਾਂਦਾ ਗੋਲ ਦੇ ਵਿੱਚ ਘੁੰਮ ਕੇ ਲੋਕਾਂ ਨੂੰ ਵਿਖਾਉਂਦੇ ਨੇ ਲੋਕ ਜਿਹੜੇ ਨਾ ਐਪਰੀਸ਼ੀਏਟ ਕਰਦੇ ਨੇ ਤਾਲੀਆਂ ਵਗੈਰਾ ਵਜਾਉਂਦੇ ਨੇ ਠੀਕ ਹੈ ਇੰਝ ਨਾ ਪੇਂਟਰ ਦਾ ਜਿਹੜਾ ਆਰਟਿਸਟ ਦਾ ਜਿਹੜਾ ਨਾ ਹੌਸਲਾ ਅਫਜ਼ਾਈ ਹੁੰਦੀ ਹੈ ਤੇ ਤੁਹਾਨੂੰ ਵਿਖਾਉਣਾ ਵੇਖੋ ਕਿੰਝ ਕਰਦੇ ਨੇ ਇਹ ਵੇਖੋ ਆਹ ਸਾਰੇ ਜੇ ਇਹ ਚੈੱਕ ਕਰੋ ਇਹ ਜਿੰਨੇ ਵੀ ਲਾਈਨਾਂ ਦੇ ਵਿੱਚ ਖਲੋਤੇ ਨੇ ਸਾਰੇ ਜਿਹਨਾਂ ਨੇ ਆਪਣੀ ਆਪਣੀ ਤਸਵੀਰਾਂ ਫੜੀਆਂ ਨੇ ਠੀਕ ਹੈ ਉਹ ਵੇਖੋ ਉਹ ਸਾਹਮਣੇ ਉਹ ਜਾਣ ਰਹੀ ਹੈ ਕੁੜੀ ਐਵੇਂ ਘੋੜਾ ਗਈ ਹੈ ਨਾ ਕੁੜੀ ਇਹ ਆਪਣੀ ਪੇਂਟਿੰਗ ਲੈ ਕੇ ਜਿਹਾ ਨਾ ਪੂਰੇ ਜਿਹੜਾ ਘੁੰਮੇਗੀ ਤੇ ਦੱਸੇਗੀ ਕਿ ਮੈਂ ਪੇਂਟਿੰਗ ਬਣਾਈ ਹੈ ਇਸ ਦਾ ਜਿਹੜਾ ਆਰਟਿਸਟ ਦਾ ਜਿਹੜਾ ਨਾ ਉਹ ਹੌਸਲਾ ਅਫਜ਼ਾਈ ਹੁੰਦੀ ਹੈ ਇਹ ਵੇਖੋ ਇਹ ਆਈਏ ਇਹ ਵੇਖੋ ਇਹ ਚੈੱਕ ਕਰੋ ਇਹ ਬਣਾਈ ਹੈ ਪੇਂਟਿੰਗ ਹਾਂਜੀ ਜਨਾਬ ਇਸ ਅਜੇ ਵਰਲਡ ਆਰਟ ਦੁਬਈ ਠੀਕ ਹੈ ਅਤੇ ਮੈਂ ਤਾਂ ਬੜਾ ਥੱਕ ਗਿਆ ਵਾਂ ਠੀਕ ਹੈ 3 ਘੰਟੇ ਘੁੰਮਿਆ ਵਾਂ ਠੀਕ ਹੈ ਅਤੇ ਉਮੀਦ ਕਰਨਾ ਵਾਂ ਤੁਹਾਨੂੰ ਪਸੰਦ ਆਈ ਹੋਏਗੀ ਹੁਣ ਦਵਾ ਸਲੂ ਪੰਜਾਬੀ ਨੂੰ ਇਜਾਜ਼ਤ ਹੈ ਹੋਸ਼ ਰਵੋ ਹੱਸਦੇ ਵਸਦੇ ਰਵੋ ਅੱਲਾ ਪਾਕ ਤੁਹਾਡੇ 'ਤੇ ਵੀ ਰਹਿਮਤ ਕਰੇ ਅਤੇ ਮੇਰੇ 'ਤੇ ਵੀ ਰਹਿਮਤ ਕਰੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਮੈਂ ਆਪਣੀ ਸਲੂ ਪੰਜਾਬੀ ਫੈਮਿਲੀ ਨੂੰ ਜਿਹੜਾ ਨਾ ਹੋਰ ਜਿਹੜਾ ਨਾ ਦੁਨੀਆ ਵਿਖਾ ਸਕਾਂ ਠੀਕ ਹੈ ਪਾਕਿਸਤਾਨ ਜ਼ਿੰਦਾਬਾਦ